ਸਾਝਰੀਏ ਕਾਲ ਦੋਸਤੋ ਮੈਂ ਚਰਨਜੀਤ ਸਿੰਘ ਕਣਕਾਂ ਦੇ ਵਿੱਚ ਸਿੱਟੇ ਬਣਨੇ ਚਾਲੂ ਹੋ ਚੁੱਕੇ ਨੇ ਜਿਨ੍ਹਾਂ ਤੋਂ ਆਪਾਂ ਸਾਰਿਆਂ ਨੂੰ ਉਮੀਦਾਂ ਹੁੰਦੀਆਂ ਨੇ ਘਰ ਪੈਸੇ ਆਉਣੇ ਹੁੰਦੇ ਨੇ ਤੇ ਆਪਣਾ ਸਰਕਲ ਜਿਹੜਾ ਅੱਗੇ ਚੱਲਦਾ ਇਹ ਪੈਸੇ ਜਿਹੜੇ ਆ ਕਣਕ ਦੇ ਵੋਟਾਂ ਤੋਂ ਬਾਅਦ ਦੇ ਵਿੱਚ ਹੀ ਤੁਹਾਡੇ ਘਰ ਆਉਣੇ ਨੇ ਇਸ ਕਰਕੇ ਕਿੱਥੇ ਵਰਤਣੇ ਨੇ ਤੁਸੀਂ ਇਹ ਪੈਸੇ ਇਹਨਾਂ ਦਾ ਹਸਾਬਕਤਾਬ ਜ਼ਰੂਰ ਲਾ ਲਿਓ ਜੇ ਉਹ ਗੱਲ ਨਾ ਹੋਵੇ ਕਿ ਐਦ ਕੀ ਵੀ ਤੇ ਆਉਣ ਵਾਲੀਆਂ 10 11 ਸ਼ਮਾਈਆਂ ਦੇ ਪੈਸੇ ਆਪਾਂ ਨੂੰ ਫਿਰ ਧਰਨਿਆਂ ਦੇ ਵਿੱਚ ਹੀ ਖਰਚਨੇ ਪੈਣਾ ਸੋ ਤੁਸੀਂ ਬਹੁਤ ਜ਼ਿਆਦਾ ਸੂਝਵਾਨ ਹੋ ਇਸ ਗੱਲ ਦੇ ਉੱਤੇ ਆਉਣ ਵਾਲੇ 1.5 ਮਹੀਨੇ ਦੇ ਵਿੱਚ ਜ਼ਰੂਰ ਧਿਆਨ ਰੱਖਿਓ ਜੇ ਬਾਕੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਣਕ ਵਾਲੇ ਹਰ ਇੱਕ ਕਿਸਾਨ ਨੂੰ ਜ਼ਰੂਰ ਸੁਣਨੀ ਚਾਹੀਦੀ ਏ ਅੱਜ ਦੀ ਡੇਟ ਦੇ ਵਿੱਚ ਚਾਹੇ ਤੁਸੀਂ 1000 ਰੁਪਏ ਦੀ ਸਪਰੇਅ ਲਿਆ ਕੇ ਕਰਦੇ ਹੋ 5000 ਦੀ ਕਰਦੇ ਹੋ ਜਾਂ 6000 ਦੀ ਕਰਦੇ ਹੋ ਸਪਰੇਅ ਕਰਨ ਦਾ ਸਹੀ ਟਾਈਮ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਚਾਹੇ ਤੁਸੀਂ ਕਿੰਨੀ ਵੀ ਮਹਿੰਗੀ ਸਪਰੇਅ ਕਿਉਂ ਨਹੀਂ ਕਰਦੇ ਜੇਕਰ ਗਲਤ ਸਮੇਂ ਤੇ ਕਰਦੇ ਹੋ ਤਾਂ ਤੁਹਾਡੀ ਉਹ ਸਪਰੇਅ ਜਿਹੜੀ ਹੈ ਮਿੱਟੀ ਏ ਉਹਦੇ ਤੋਂ ਤੁਹਾਨੂੰ ਕੋਈ ਵੀ ਰਿਜ਼ਲਟ ਜਿਹੜੇ ਦੇਖਣ ਨੂੰ ਨਹੀਂ ਮਿਲਨੇ ਤਾਂ ਜੇਕਰ ਤੁਸੀਂ 100 ਰੁਪਏ ਵਾਲੀ ਸਪਰੇਅ ਵੀ ਸਹੀ ਟਾਈਮ ਤੇ ਕਰਦੇ ਹੋ ਤਾਂ ਬੜੇ ਜਿਆਦੇ ਵਧੀਆ ਬੜੇ ਸੋਹਣੇ ਰਿਜ਼ਲਟ ਜਿਹੜੇ ਆਪਾਂ ਨੂੰ ਉਹਦੇ ਤੋਂ ਦੇਖਣ ਨੂੰ ਮਿਲ ਸਕਦੇ ਨੇ ਅੱਜ ਆਪਾਂ ਗੱਲ ਕਰਨੀ ਹੈ ਕਣਕ ਦੇ ਉੱਤੇ ਬੋਰੋਨ ਪੋਟਾਸ਼ ਪੋਟਾਸ਼ ਦੇ ਵਿੱਚ ਐਨਪੀਕੇ ਨੂੰ ਜਿਵੇਂ ਆਪਾਂ ਲੈਨੇ ਆ 13045 ਜਾਂ ਫਿਰ 05234 ਕੋਈ ਵੀ ਫਾਰਮੂਲੇਸ਼ਨ ਜਿਹੜੀ ਹੈ ਕਦੋਂ ਆਪਾਂ ਨੂੰ ਕਣਕ ਦੇ ਉੱਤੇ ਕਰਨੀ ਚਾਹੀਦੀ ਹੈ ਚੰਗੇ ਝਾੜ ਦੇ ਵਾਸਤੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਜਿਹੜੇ ਕੁਝ ਨਵੇਂ ਫਾਰਮਰ ਪਹਿਲੀ ਵਾਰੀ ਚੈਨਲ ਤੇ ਆਏ ਨੇ ਸਬਸਕ੍ਰਾਈਬ ਕਰਕੇ ਬੈਲ ਜਿਹੜੀ ਹੈ ਜਰੂਰ ਦਬਾ ਲਓ ਤਾਂ ਜੋ ਖੇਤੀਬਾੜੀ ਦੇ ਨਾਲ ਤੁਸੀਂ ਹਮੇਸ਼ਾ ਆਉਣ ਵਾਲੇ ਦਿਨਾਂ ਦੇ ਵਿੱਚ ਜੁੜੇ ਰਹੋ ਬੋਰਾਉਣ ਪੋਟਾਸ਼ ਬਹੁਤ ਹੀ ਲਾਜ਼ਮੀ ਹੋ ਗਏ ਨੇ ਅੱਜ ਦੇ ਸਮੇਂ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜ਼ਮੀਨਾਂ ਦੇ ਵਿੱਚ ਕਮੀਆਂ ਵੀ ਵਧਦੀਆਂ ਜਾਂਦੀਆਂ ਨੇ ਦਿਨ ਪ੍ਰਤੀ ਦਿਨ ਕਿਉਂਕਿ ਆਪਾਂ ਫਸਲਾਂ ਜੜੀਆਂ ਉਹਨਾਂ ਦੇ ਝਾੜ ਵਧਾਵਦਾ ਅਗੇ ਕੱਢੀ ਜਾਂਦੇ ਆ ਜ਼ਮੀਨਾਂ ਖ ਜਾਂਦੀਆਂ ਨੇ ਕਣਕ ਦੇ ਵਿੱਚ ਜਾਂ ਝੋਨੇ ਦੇ ਵਿੱਚ ਆਪਾਂ ਸਹੀ ਸਮੇਂ ਤੇ ਜੇਕਰ ਇੱਕ ਸਪਰੇ ਬੋਰੌਣ ਦੀ ਤੇ ਇੱਕ ਸਪਰੇ ਜੜੀਆ ਪੋਟਾਸ਼ ਦੀ ਕਰ ਦਿੰਨੇ ਆ ਨਾ ਤਾਂ ਇਹਦੇ ਨਾਲ ਬਹੁਤ ਜ਼ਿਆਦਾ ਚਾਂਸ ਵੜ ਜਾਂਦੇ ਨੇ ਆਪਣੇ ਕਣਕ ਦਾ ਚੰਗਾ ਝਾੜ ਆਉਣ ਦੇ ਜਾਂ ਫਿਰ ਪਹਿਲਾਂ ਦੇ ਨਾਲੋਂ ਥੋੜਾ ਜਿਹਾ ਝਾੜ ਜਿਹੜਾ ਵਧੇਰੇ ਆਉਣ ਦੇ ਕਣਕ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਸਿੱਟੇ ਜਿਹੜੇ ਬਣਨੇ ਚਾਲੂ ਹੋ ਚੁੱਕੇ ਨੇ ਜਿੰਨੀਆਂ ਕੁੰਡੀਆਂ ਹੁਣ ਬਣਨੀਆਂ ਨੇ ਬਣ ਜਾਣੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਕੁੰਡੀਆਂ ਦੀ ਗਿਣਤੀ ਜੜੀਆ ਤੁਸੀਂ ਨਹੀਂ ਵਧਾ ਸਕਦੇ ਇਹਨਾਂ ਦਾਣਿਆਂ ਨੂੰ ਜਿਹੜੇ ਹੁਣ ਬਣਨੇ ਸ਼ੁਰੂ ਹੋ ਗਏ ਨੇ ਇਹਨਾਂ ਨੂੰ ਤੁਸੀਂ ਖਰਾਕ ਦੇ ਕੇ ਮੋٹے ਤਗੜੇ ਵਧੀਆ ਜ਼ਰੂਰ ਕਰ ਸਕਦੇ ਹੋ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਝਾੜ ਜਿਹੜਾ ਵਧੀਆ ਦੇਖਣ ਨੂੰ ਮਿਲੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਕਣਕ ਦੇ ਵਿੱਚ ਪੋਟਾਸ਼ ਦੀ ਐਨ ਪੀ ਕੇ ਦੀ ਜਾਂ ਬੋਰਾਉਣ ਦੀ ਵਰਤੋਂ ਉਦੋਂ ਜਾ ਕੇ ਕਰਦੇ ਨੇ ਜਦੋਂ ਆਪਣਾ ਝੰਡਾ ਪੱਤਾ ਜਿਹੜਾ ਪੂਰੀ ਤਰ੍ਹਾਂ ਬਾਹਰ ਆਇਆ ਹੁੰਦਾ ਹੈ ਜਦੋਂ ਨਾਲੀਆਂ ਪੂਰੀਆਂ ਫੁੱਲੀਆਂ ਹੁੰਦੀਆਂ ਨੇ ਸਿੱਟੇ ਬਾਹਰ ਆਉਣ ਨੂੰ ਤਿਆਰ ਹੋਏ ਹੁੰਦੇ ਨੇ ਉਦੋਂ ਉਹ ਜਿਹੜੀ ਆਪਣੀ ਕੀਤੀ ਸਪਰੇਆ ਉਹਦੇ ਨਾਲ ਤੁਹਾਡੀਆਂ ਖੁੰਡੀਆਂ ਦੀ ਗਿਣਤੀ ਨਹੀਂ ਵਧਣੀ ਉਹਦੇ ਨਾਲ ਤੁਹਾਡੇ ਦਾਣਿਆਂ ਦਾ ਆਕਾਰ ਨਹੀਂ ਵਧਣਾ ਉਹਦੇ ਨਾਲ ਆਪਾਂ ਜਿਹੜੇ ਕੁਝ ਬਹੁਤ ਜ਼ਿਆਦਾ ਕਮਜ਼ੋਰ ਦਾਣੇ ਆ ਉਹਨਾਂ ਨੂੰ ਜ਼ਰੂਰ ਸਹੀ ਕਰ ਸਕਦੇ ਆ ਪਰ ਜੇਕਰ ਆਪਾਂ ਝਾੜ ਵਧਾਉਣ ਦੀ ਗੱਲ ਕਰਦੇ ਆਂ ਤਾਂ ਆਪਾਂ ਨੂੰ ਬਿਲਕੁਲ ਇਸ ਸਮੇਂ ਜਦੋਂ ਤੁਹਾਡੀ ਕਣਕ ਦੇ ਵਿੱਚ ਸਿੱਟਾ ਜੜਾ ਪ੍ਰੋਪਰ ਤਰੀਕੇ ਦੇ ਨਾਲ ਬਣ ਜਾਵੇ ਤਕਰੀਬਨ 85 ਦਿਨਾਂ ਦੇ ਤਕਰੀਬ ਜੜਾ ਜਾ ਕੇ ਕਣਕ ਦੇ ਵਿੱਚ ਆਪਾਂ ਨੂੰ ਜ਼ਰੂਰ ਸਪਰੇ ਜਿਹੜੀ ਆ ਐਨ ਪੀ ਕੇ ਦੀ ਕਰਨੀ ਚਾਹੀਦੀ ਏ ਇਹ ਜਿਹੜੀ ਸਪਰੇ ਆ ਇਹਦੇ ਨਾਲ ਆਪਾਂ ਇਸ ਸਿੱਟੇ ਨੂੰ ਖਰਾਕ ਦੇਣੀ ਹੈ ਜਿਹੜੇ ਦਾਣੇ ਹੁਣ ਬਣਨੇ ਚਾਲੂ ਹੋ ਚੁੱਕੇ ਨੇ ਇਹਨਾਂ ਨੇ ਵਧੀਆ ਆਕਾਰ ਦੇ ਵਿੱਚ ਢਲਣਾ ਹੈ ਸ਼ੈਲ ਦੀ ਪ੍ਰੋਟੈਕਸ਼ਨ ਦੇ ਲਈ ਪੋਟਾਸ਼ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਏ ਕਣਕ ਵੱਢਣ ਸਮੇਂ ਆਪਾਂ ਨੂੰ ਕਈ ਦਾਣੇ ਜੜੇ ਕਈ ਭਰੀਂ ਵਿੱਚੋਂ ਤਾਤ ਜਿਹੜੀ ਇਹ ਦਾਣਿਆਂ ਦੀ ਬਹੁਤ ਸੁੰਗੜੇ ਜਿਹੇ ਦਾਣੇ ਹੁੰਦੇ ਨੇ ਉਹਨਾਂ ਦੇ ਪਿੱਛੇ ਕਾਰਨ ਹੁੰਦਾ ਹੈ ਕਿ ਕਣਕਈ ਵਾਰੀ ਕਣਕ ਦੇ ਵਿੱਚ ਪੋਟਾਸ਼ ਦੀ ਕਮੀ ਜਦੋਂ ਆ ਜਾਂਦੀ ਏ ਆਪਾਂ ਸਹੀ ਸਮੇਂ ਤੇ ਸਪਰੇ ਨਹੀਂ ਕਰਦੇ ਤਾਂ ਆਪਾਂ ਨੂੰ ਅੱਗੇ ਜਾ ਕੇ ਉਹੋ ਜਿਹੇ ਰਿਜ਼ਲਟ ਜਿਹੜੇ ਆ ਦੇਖਣ ਨੂੰ ਮਿਲਦੇ ਨੇ ਇਸ ਸਮੇਂ ਜਿਹੜੀ ਆਪਾਂ ਜ਼ਿਆਦਾ ਤਰਜੀਹ ਦੇਣੀ ਹੈ ਤਕਰੀਬਨ 85 ਦਿਨਾਂ ਦੇ ਲਾਗੇ ਬੰਨੇ ਕਣਕ ਦੇ ਵਿੱਚ ਜਿਹੜਾ ਆਪਾਂ ਐਨ ਪੀ ਕੇ ਕਰਨਾ ਹੈ ਇਹਦੇ ਵਿੱਚ ਆਪਾਂ एनपीके ਨੂੰ ਹੀ ਜਿਆਦਾ ਤਰਜੀਹ ਦੇਣੀ ਹੈ ਜੇਕਰ নাইਟrogen ਵਿੱਚ ਨਹੀਂ ਵੀ ਹੋਵੇਗੀ ਤਾਂ ਵੀ ਕੋਈ ਜਿਆਦੀ ਏਡੀ ਵੱਡੀ ਗੱਲ ਨਹੀਂ ਹੈ ਹਾਂ ਇਹ ਗੱਲ ਜ਼ਰੂਰ ਹੈ ਕਿ ਜੇਕਰ ਤੁਸੀਂ ਹੁਣ ਸਪਰੇ ਨਹੀਂ ਕਰਦੇ ਕਣਕ ਦੇ ਵਿੱਚ ਅੱਗੇ ਜਾ ਕੇ ਜਦੋਂ ਨਾਲੀਆਂ ਫੁੱਲਣਗੀਆਂ ਉਦੋਂ ਸਪਰੇ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਤੁਸੀਂ ਨਾਈਟ੍ਰੋਜਨ ਵਾਲਾ ਜਿਹੜਾ ਐਨ ਪੀ ਕੇ ਆ ਉਹ ਲੈ ਸਕਦੇ ਹੋ ਉਹਦੇ ਤੁਹਾਨੂੰ ਇਹਦੇ ਨਾਲੋਂ ਜ਼ਿਆਦਾ ਵਧੀਆ ਰਿਜ਼ਲਟ ਜਿਹੜੇ ਆ ਦੇਖਣ ਨੂੰ ਮਿਲਣਗੇ ਇਹ ਜਿਹੜਾ ਸਮਾਂ ਇਹਦੇ ਵਿੱਚ ਕਣਕ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣੀ ਚਾਹੀਦੀ ਜਿਹਦੇ ਕਰਕੇ ਆਪਾਂ ਕਣਕ ਦੇ ਵਿੱਚ ਐਨ ਪੀ ਕੇ ਸਪਰੇਅ ਕਰਦੇ ਹਾਂ ਹੁਣ ਇਸ ਸਟੇਜ ਦੇ ਉੱਤੇ ਆਣ ਕੇ ਇਹਦੇ ਤੋਂ ਬਾਅਦ ਦੇ ਵਿੱਚ ਐਨ ਪੀ ਕੇ ਕਰਨਾ ਜਾਂ ਨਹੀਂ ਕਰਨਾ ਉਹ ਤੁਹਾਡੀ ਆਪਣੀ ਮਰਜ਼ੀ ਹੋ ਜਾਂਦੀ ਏ ਪਰ ਇਸ ਸਮੇਂ ਕਣਕ ਦੇ ਵਿੱਚ ਐਨ ਪੀ ਕੇ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ 0 52 34 ਦੀ ਜੇਕਰ ਆਪਾਂ ਇਹਨਾਂ ਤਰ੍ਹਾਂ ਦੇ ਵਿੱਚ ਗੱਲ ਕਰਦੇ ਹਾਂ ਸਪਰੇਅ ਕਰਨ ਦੀ ਤਾਂ ਜੇ ਤੁਸੀਂ ਸਪਰੇਅ ਕਰਨਾ ਚਾਹੁੰਦੇ ਹੋ ਵਧੀਆ ਰਿਜ਼ਲਟ ਲੈਣਾ ਚਾਹੁੰਦੇ ਹੋ ਤਾਂ ਘੱਟੋ ਘੱਟ 2.5 ਕਿਲੋ ਐਨਪੀਕੇ ਜਿਹੜਾ ਇੱਕ ਕਿੱਲੇ ਦੇ ਵਿੱਚ ਜ਼ਰੂਰ ਪਾਉਣਾ ਹੈ ਇਹਦੇ ਤੋਂ ਘੱਟ ਆਪਾਂ ডোজ ਨਹੀਂ ਲੈਣੀ 1 ਕਿਲੋ ਜਿਹੜਾ ਐਨਪੀਕੇ بڑے ਕਿਸਾਨ ਕਰਦੇ ਨੇ ਪਰ ਉਹਦੇ ਨਾਲ ਤੁਹਾਨੂੰ ਕੋਈ ਵੀ ਰਿਜ਼ਲਟ ਦੇਖਣ ਨੂੰ ਨਹੀਂ ਮਿਲਨੇ 2.5 ਕਿਲੋ 05234 ਘਟੋ ਘਟ 200 ਲੀਟਰ ਪਾਣੀ ਦੇ ਨਾਲ ਆਪਾਂ ਇੱਕ ਕਿੱਲੇ ਦੇ ਵਿੱਚ ਸਪਰੇਅ ਕਰਨੀ ਹੈ ਘੱਟ ਤੋਂ ਘੱਟ 80 85 ਦਿਨ ਦੀ ਕਣਕ ਜਿਹੜੀ ਤੁਹਾਡੀ ਹੋਣੀ ਚਾਹੀਦੀ ਏ ਬਹੁਤ ਜ਼ਿਆਦਾ ਸ਼ਾਨਦਾਰ ਰਿਜ਼ਲਟ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ ਇਹ ਐਨਪੀਕੇ ਕਰਨ ਦੇ ਨਾਲ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਕਣਕ ਦੇ ਉੱਤੇ ਦੂਸਰਾ ਐਨਪੀਕੇ ਕਰਨ ਦੀ ਜ਼ਰੂਰਤ ਹੀ ਨਾ ਪਵੇ ਸਿੱਟੇ ਇੰਨੇ ਕ ਜਿਆਦੇ ਵਧੀਆ ਹੋਣ ਜਦੋਂ ਨਾਲੀਆਂ ਫੁੱਲਦੀਆਂ ਨੇ ਉਦੋਂ ਜਾ ਕੇ ਜਿਹੜੀ ਆਪਾਂ ਐਨਪੀਕੇ ਸਪਰੇਅ ਕਰਦੇ ਆ ਉਹ ਸੈਕੰਡਰੀ ਰੂਪ ਦੇ ਵਿੱਚ ਉਹਦੇ ਰਿਜ਼ਲਟ ਜ਼ਰੂਰ ਮਿਲਦੇ ਨੇ ਇਹ ਗੱਲ ਨਹੀਂ ਹੈ ਕਿ ਉਹਦੇ ਆਪਾਂ ਨੋ ਰਿਜ਼ਲਟ ਨਹੀਂ ਮਿਲਦੇ ਝੰਡੇ ਪੱਤੇ ਨੂੰ ਪ੍ਰੋਟੈਕਟ ਕਰਦੀਏ ਉਹ ਜਿਹੜੀ ਸਪਰੇਆ ਤੇ ਆਉਣ ਵਾਲੇ ਵੀ 5 ਦਿਨ ਜਦੋਂ ਕਣਕ ਸੁੱਕਣਾ ਸ਼ੁਰੂ ਹੁੰਦੀ ਹੈ ਤਾਂ ਬਹੁਤਾਤ ਦੇ ਵਿੱਚ ਜਿਹੜੀ ਪੱਤਿਆਂ ਦੇ ਵਿੱਚ ਖਰਾਕ ਪਈ ਹੁੰਦੀ ਹੈ ਜੇਕਰ ਆਪਾਂ ਉਦੋਂ ਜਾ ਕੇ ਸਪਰੇਅ ਕਰਦੇ ਆ ਤਾਂ ਉਹ ਚੁੱਕ ਕੇ ਸਾਰੀ ਸਿੱਟੇ ਦੇ ਵਿੱਚ ਡਿਵੈਲਪ ਹੋ ਜਾਂਦੀ ਹੈ ਤੇ ਆਪਣੇ ਦਾਣਿਆਂ ਦਾ ਆਕਾਰ ਆਪਾਂ ਨੂੰ ਵਧੀਆ ਦੇਖਣ ਨੂੰ ਮਿਲਦਾ ਪਰ ਇਸ ਸਮੇਂ ਕਿਉਂਕਿ ਮੱਖੀਆਂ ਦੀ ਗਿਣਤੀ ਬਣੀ ਜਾਂਦੀ ਹੈ ਇਹਦੇ ਵਿੱਚ ਸਿੱਟੇ ਦਾ ਆਕਾਰ ਬਣੀ ਜਾਂਦਾ ਹੈ ਤਾਂ ਆਪਾਂ ਨੂੰ ਇਹ ਜਿਹੜਾ ਐਨ ਪੀ ਕੇ ਆ ਇਹ ਉਹਦੇ ਨਾਲੋਂ ਜ਼ਿਆਦਾ ਅਹਮiyet ਰੱਖਦਾ ਹੈ ਜੇ ਆਪਾਂ ਇਸ ਸਮੇਂ ਕਣਕ ਦੇ ਉੱਤੇ ਸਪਰੇਅ ਕਰਦੇ ਆਂ ਤਾਂ ਆਪਾਂ ਨੂੰ ਉਹਦੇ ਨਾਲੋਂ ਜ਼ਿਆਦਾ ਵਧੀਆ ਜਿਹੜੇ ਰਿਜ਼ਲਟ ਆ ਹੁਣ ਦੇਖਣ ਨੂੰ ਮਿਲਣਗੇ। ਸੋ ਇਹਦੇ ਤੋਂ ਇਲਾਵਾ ਜੇਕਰ ਤੁਹਾਡਾ ਕੋਈ ਹੋਰ ਆਪਣਾ ਸਵਾਲ ਹੈਗਾ ਜਾਂ ਸੁਝਾਅ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਲਿਖ ਸਕਦੇ ਹੋ। ਵੀਡੀਓ ਨੂੰ ਹੋਰ ਕਿਸਾਨਾਂ ਦੇ ਨਾਲ ਵੇਖਣ ਤੋਂ ਬਾਅਦ ਵਿੱਚ ਜ਼ਰੂਰ ਸ਼ੇਅਰ ਕਰਿਓ ਜੇ ਛੱਡ ਕੇ ਨਹੀਂ ਜਾਣਾ ਸ਼ੇਅਰ ਜ਼ਰੂਰ ਕਰਨਾ। ਵੇਖਣ ਲਈ ਸਬਸਕ੍ਰਾਈਬ ਕਰਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ।